ਉਹਦੇ ਵਿੱਚ ਜਕਾਰਿਆਂ ਦੀ ਲੋੜ ਨਹੀਂ, ਲੋਕਾਂ ਦੇ ਭਲੇ ਦੀ ਲੋੜ ਹੈ, ਨਾਰਿਆਂ ਦੀ ਲੋੜ ਨਹੀਂ, ਉੱਥੇ ਲੋਕਾਂ ਦਾ ਭਲਾ ਕਿਸ ਗੱਲ 'ਚ ਹੈ। ਤੇ ਹਰ ਬੰਦਾ ਇਹ ਚੇਤਾ ਰੱਖਿਓ, ਪੰਜਾਬ ਦਾ ਘਾਣ ਬੜੇ ਤਰੀਕਿਆਂ ਨਾਲ ਪਹਿਲਾਂ ਹੋਇਆ, ਹੁਣ ਵੀ ਹੋ ਰਿਹਾ। ਲੜਾਈ ਕੋਈ ਵੀ ਹੈ, ਲੜਨੀ ਦਿਮਾਗ ਨਾਲ ਪੈਣੀ ਹੈ, ਧੱਕੇ ਨਾਲ ਨਹੀਂ। ਬਹੁ ਗਿਣਤੀ ਉੱਧਰ ਹੈ, ਇਕੱਠ ਹੈ ਬੜਾ, ਵੱਡੇ ਨੇ 70 ਲੱਖ ਨੇ, ਬਹੁ ਗਿਣਤੀ ਉੱਧਰ ਹੈ, ਇਕੱਠ ਹੈ ਬੜਾ, ਵੱਡੇ ਨੇ 70 ਲੱਖ ਨੇ। ਕਿ ਸਾਡੀ ਗਿਣਤੀ ਥੋੜੀ ਹੈ, ਕਹਿੰਦੇ ਯਾਦ ਰੱਖਿਓ ਅੰਦਰ ਦੇ ਜਜ਼ਬਾਤ ਚਾਹੀਦੇ ਨੇ। ਜੇ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਜੰਗਲ ਬੂਕ ਸਕਦੀ ਏ, ਭਾਵਨਾ ਵਾਲੇ ਜਜ਼ਬਾਤ ਹੋਣ ਤੇ ਵੱਡੇ ਵੱਡੇ ਤਖਤਾਂ ਨੂੰ ਉਲਟਾ ਕੇ ਰੱਖ ਦਿੰਦੇ। ਬਹੁ ਗਿਣਤੀ ਉੱਧਰ ਹੈ, ਇਕੱਠ ਹੈ ਬੜਾ, ਵੱਡੇ ਨੇ 70 ਲੱਖ ਨੇ। ਥੱਕ ਪਰੇ ਨਹੀਂ ਆ, ਇੱਥੋਂ ਦੇ ਫਰਾਂਸ ਦੇ ਉਹ ਕਹਿਣ ਲੱਗਾ ਜੀ, ਅਗਰ ਤੁਸੀਂ 2% ਆ ਕਿ 98% ਆ, ਤੁਸੀਂ ਲੜੋਗੇ ਕਿਵੇਂ? ਦਾਸ ਨੇ ਉੱਤਰ ਦਿੱਤਾ ਸੀ, ਸ਼ੇਰ ਦਾ ਇੱਕੋ ਹੁੰਦਾ ਜ਼ਿੰਦਗੀ ਚ ਮਸਾਂ, ਤੇ ਸੂਰਜ ਦਾ 6 ਮਹੀਨਾ ਪਿੱਛੋਂ 12 ਜੰਮ ਪੈਂਦੇ ਆ, ਤੇ ਕੁੱਤੇ ਕਤੂਰੇ ਟੁੰਮ ਟੁੰਮ ਦਾ ਵਖੇੜਾ ਕਰਦੇ ਆ, ਪਰ ਜਿਵੇਂ ਕਿਤੇ ਨਿਕਲਦਾ ਘੋੜ ਨੀਚੇ ਤੇ ਸੁਣਦਾ ਕੋਈ ਨੀ ਜੰਗਲ ਚੋਂ, ਅਸੀਂ ਇਸ ਤਰ੍ਹਾਂ ਕਰਾਂਗੇ।